ਸਾਜਨ ਸਟੂਡੀਓ ਪੇਸ਼ ਕਰਦੇ ਹਨ ਜੀ ਪਰਮ ਸਤਕਾਰ ਗੁਰੂ ਰੂਪ ਗੁਰ ਸੰਗਤ ਜੀ ਸਰਬੱਤ ਗੁਰ ਸੰਗਤਾਂ ਬੜੇ ਪ੍ਰੇਮ ਸਤਕਾਰ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਅਪਾਰ ਕਿਰਪਾ ਅੰਮ੍ਰਿਤਮਈ प्रवचन ਸਤਿਗੁਰਾਂ ਦੇ ਰਚਨਾ ਤੇ ਲਿਆਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਤਕਰੀਬਨ ਪਤਾ ਹੀ ਹੈ Swami Darbara Singh Maharaj ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਫਕੀਰ ਸੀ ਜਿਨ੍ਹਾਂ ਨੇ ਪੰਜ ਪੀਰੀ ਲੋਪੋ ਦੇ ਵਿੱਚ ਅਵਤਾਰ ਧਾਰ ਕੇ ਜੰਗਲਾਂ ਦੇ ਵਿੱਚ ਮੰਗਲ ਲਾਏ ਉਹ ਧਰਤੀ ਜਿੱਥੇ ਕਰੀਰ ਜੰਡ ਹੁੰਦੇ ਸੀ ਤੇ ਅੱਜ ਉੱਥੇ ਦਵਾਰਕਾ ਬਣੀ ਵੀ ਹੈ Swami Ji Maharaj ਦੇ ਪ੍ਰਤਾਪ ਦੇ ਨਾਲ ਇੱਥੇ ਦੀਵਾਨ ਸੱਜਣ ਲੱਗੇ ਲੱਖਾਂ ਦੀ ਇਤਲਾਦ ਵਿੱਚ ਦੁਨੀਆ ਆਉਂਦੀ ਸੀ ਤੇ ਸਵਾਮੀ ਜੀ ਮਹਾਰਾਜ ਕਵਤਾ ਸ਼ੇਰ ਗਾਉਂਦੇ ਹੁੰਦੇ ਸੀ ਸੋ ਅਸੀਂ ਅੱਜ ਕਵਤਾ ਬਹੁਤ ਪੁਰਾਣੇ ਸਿੱਖ ਜਿਹੜੇ ਸਵਾਮੀ ਜੀ ਮਹਾਰਾਜ ਵੇਲੇ ਜਥੇਦਾਰ ਸੀ ਮੁਖੀ ਸੇਵਾਦਾਰ ਸੀ ਉਹਨਾਂ ਦੀ ਕਵਤਾ ਪੇਟ ਕਰਨੀ ਹੈ ਇਹ ਜੀਦੇ ਵਾਲੇ ਅਕਬਾਲ ਸਿੰਘ ਦੀ ਕਵਤਾ ਲਿਖੀ ਤੇ ਮੇਰੇ ਨਾਲ ਉਹਨਾਂ ਦੇ ਸ਼ਗਿਰਦੀ ਗਾਉਣਗੇ ਤੇ ਬੜੇ ਪ੍ਰੇਮ ਨਾਲ ਪਹਿਲਾਂ ਹਾਕਮ ਸਿੰਘ ਤੋਂ ਸਵਾਮੀ ਜੀ ਮਹਾਰਾਜ ਦਾ ਸ਼ੇਰ ਉਚਾਰਨ ਕੀਤਾ ਸਭ ਗੁਰ ਸੰਗਤਾਂ ਉਹਨਾਂ ਦੇ ਪਰਵਚਨ ਕਲਮ ਬੰਦ ਕੀਤੇ ਸਤਿਗੁਰਾਂ ਨੇ ਨੂਰੀ ਪਰਵਚਨ ਹਾਕਮ ਸਿੰਘ ਤੋਂ ਸਰਬਨ ਕਰੋ ਫੇ ਫੇਜ ਵੇਖੇ ਲੱਖਾਂ ਹੋਰ ਤੇਰੇ ਕਿਤੇ ਮਿਲਣੇ ਦਾ ਕੌਲ ਅਕਰਾਰ ਵੀ ਦੇ ਇਹਨਾ ਚਲਕੀਆਂ ਨਾਲ ਨਹੀਂ ਸਬਰ ਆਉਂਦਾ ਕਿਤੇ ਸਾਹਮਣੇ ਬੈਠ ਦਦਾਰ ਵੀ ਦੇ ਜੇ ਕਰ ਆਖਦੇ ਨੇ ਬਖਸ਼ਣ ਹਾਰ ਤੈਨੂੰ ਆ ਪੁੱਲਾਂ ਪਿਛਲੀਆਂ ਮਨੋਂ ਬਸਾਰ ਵੀ ਦੇ ਇੰਤਜ਼ਾਰ ਮੇਂ ਉਮਰ ਬਤੀਤ ਹੋਗੀ ਦਰਵਾਰ ਸਿੰਘ ਜਲਵਾ ਇੱਕ ਵਾਰ ਵੀ ਦੇ ਦਰਵਾਰ ਸਿੰਘ ਜਲਵਾ ਇੱਕ ਵਾਰ ਵੀ ਦੇ ਇਹ ਸਵਾਮੀ ਜੀ ਮਹਾਰਾਜ ਨੇ ਬੇਨਤੀ ਦਾ ਸ਼ਬਦ ਲਿਖਿਆ ਸਤਿਗੁਰੂ ਕਹਿੰਦੇ ਕਰੋ ਬਨੰਤੀ ਸੁਣੋ ਰੇ ਮੀਤਾ ਸੰਤ ਟਹਿਲ ਕੀ 베ਲਾ ਬੇਨਤੀ ਪ੍ਰਮਾਤਮਾ ਨੂੰ ਕਰਨੀ ਚਾਹੀਦੀ ਹੈ ਜੀਦੇ ਵਾਲੇ ਅਕਵਾਲ ਸਿੰਘ ਜੀ ਬਹੁਤ ਮਸ਼ਹੂਰ ਕਵੀਸ਼ਰ ਸੀ ਤੇ ਜਦੋਂ ਵੀ ਉਹ ਕਵਤਾ ਸ਼ੁਰੂ ਕਰਦੇ ਸੀ ਉਹ ਸਭ ਤੋਂ ਪਹਿਲਾਂ ਪ੍ਰਾਰਥਨਾ ਬੇਨਤੀ ਕਰਦੇ ਸੀ ਪ੍ਰਮਾਤਮਾ ਨੂੰ ਤੇ ਇਸੇ ਕਰਕੇ ਉਹਨਾਂ ਦੀ ਰਚਨਾ ਇਹ ਕਵਤਾ ਪਹਿਲਾਂ ਬੇਨਤੀ ਦੀ ਸੁਣੋ ਵੀ ਪਾਰ ਬ੍ਰਹਮ ਪਰਮੇਸ਼ਰ ਨੂੰ ਉਹਨਾਂ ਨੇ ਬੇਨਤੀ ਕੀਤੀ ਭਈ ਤੂੰ ਨਿਤ ਅਵਤਾਰ ਹੈ ਕਿਤੇ ਸਰਗੁਣ ਬਣ ਕੇ ਆ ਜਾਣਾ ਤੇ ਕਿਤੇ ਨਿਰਾਕਾਰ ਰਹਿਣਾ ਹੈ ਹੁਣ ਤੂੰ ਸਰਗੁਣ ਬਣ ਕੇ ਆ ਤੇ ਸਾਡੇ ਸਾਰੇ ਸੰਸਾਰ ਤੇ ਮੇਹਰਾਂ ਪਰਿ ਕਰਪਾ ਕਰ ਤੇ ਸਰਦਾਰ ਅਕਬਾਲ ਸਿੰਘ ਜੀ ਜੀਦੇ ਵਾਲਿਆਂ ਦੀ ਕਵਤਾ ਤੇ ਠੇਕੇਦਾਰ ਨਰਪੈ ਸਿੰਘ ਜੀ ਹਾਕਮ ਸਿੰਘ ਤੇ ਰਾਜ ਸਿੰਘ ਜੀ ਗੁਰ ਸੰਗਤਾਂ ਦੇ ਚਰਨਾਂ 'ਚ ਭੇਟ ਕਰਨਗੇ ਇਹ ਚਾਰਾਂ ਦੇ ਸਾਡੇ ਲੋਪੋ ਹੀ ਪਿੰਡ ਹੈ ਤੇ ਇਹ ਬੜੇ ਪ੍ਰੇਮ ਨਾਲ ਗੁਰ ਸੰਗਤਾਂ ਦੇ ਕਵਤਾ ਸਰਦਾਰ ਅਕਬਾਲ ਸਿੰਘ ਜੀ ਜੀਦੇ ਵਾਲਿਆਂ ਦੀ ਰਚਨਾ ਇਉਂ ਭੇਟ ਕਰਦੇ ਰਾਮ ਆ ਰਾਮ ਰਟਦੇ ਰਹੋ ਜਾਗ ਜਾਗੋ ਲੱਗ ਕਟਵੇਂ ਭਾਨਾ ਕਵਿਤਾ ਦੀ ਨਾ ਨਾ ਥਕੇ ਤਨ ਖੜੇਗੀ ਕਾਨ ਹੋਰ ਸ਼ੀ ਮਣੀ ਸਭ ਬੈਠੇ ਮੂਰਤ ਤੁਮਰੀ ਪਰਸ਼ਨ ਨੂੰ ਤਰਸ ਰਹੇ ਦੋ ਨੈਣ ਸੁਆਮੀ ਤੁਮਰੇ ਦਰਸ਼ਨ ਨੂੰ ਆਉਂਦੀ ਮੇਰ ਤੂੰ ਯਾਦਵਾਰਨੀ ਨੈਣੋ ਸੋਕੀ ਦੇ ਤੂੰ ਪੂਰਨ ਅਵਤਾਰ ਤਾਰ ਮਾਲਕ ਤਰ ਲੋਕੀ ਦੇ ਓ ਇਸ ਦੁਨੀਆ ਤੋਂ ਹੋ ਤੁਰ ਗੇ ਪੀਰ ਪਕੰਬਰ ਜੀ ਕਰਨ ਕ્રોਧ ਦੀ ਨਿਗਾ ਕਾਂਪੇ ਉੱਠਦਾ ਸਭ ਅੰਬਰ ਜੀ ਦੋ ਜਾਨਦੇ ਸੀ ਜੇ ਤਰਫ ਨਹੀਂ ਸੀ ਰੁਕਦੇ ਰੋਕੀਦੇ ਤੂੰ ਪੂਰਨ ਅਵਤਾਰ ਤਾਰ ਮਾਲਕ ਤਰ ਲੋਕੀ ਦੇ ਓ ਹਰਨ ਕਸ਼ਵ ਹਰ ਨਾਗ ਸ਼ਰਾਵਣ ਕੁੰਭ ਕਰਨ ਸੀ ਜੋ ਲੈ ਲੈ ਸੀ ਵਰਦਾਨ ਜਾਣਦਾ ਨਹੀਂ ਮਰਨ ਸੀ ਜੋ ਓ ਜਾਂਦੇ ਸੀ ਜਿਸ ਤਰਫ ਨਹੀਂ ਸੀ ਰੁਕਦੇ ਰੋਕੀਦੇ ਤੂੰ ਪੂਰਨ ਅਵਤਾਰ ਤਾਰ ਮਾਲਕ ਤਰ ਲੋਕੀ ਦੇ ਓ ਪੀਸ਼ਮ ਵਰਗੇ ਤੁਰਗੇ ਸਾਡੀ ਕੁਸ਼ਮਣ ਆਦ ਨਹੀਂ ਜਨਮ ਜਨਮ ਦੇ ਪਾਪੀ ਕਰਦੇ ਤੁਮ ਕੋ ਯਾਦ ਨਹੀਂ ਤਾਜੋ ਅਸੀਂ 84 ਨ ਕਰਦੇ ਵਿੱਚ ਕੋ ਕੀ ਦੇ ਤੂੰ ਪੂਰਨ ਅਵਤਾਰ ਤਾਰ ਮਾਲਕ ਤਰ ਲੋਕੀ ਦੇ ਓ ਹਾਂ ਪਗਤੀ ਤੋਂ ਹੀਣ ਮਲੀਨ ਹੋਏ ਵਿੱਚ ਮਾਇਆ ਦੇ ਲਾਗੂ ਹਰ ਟਾਈਮ ਸੁਆਮੀ ਹੱਕ ਪਰਾਯਾਂ ਦੇ ਓ ਜਗਾ ਜਗਾ ਦੇ ਯੂਪੇ ਸੁਆਮੀ ਤਾਯੋ ਟੋਕੀ ਦੇ ਤੂੰ ਪੂਰਨ ਅਵਤਾਰ ਤਰਤਾਰ ਮਾਲਕ ਤਰ ਲੋਕੀ ਦੇ ਉਹ ਫੜੇ ਦੇਖ ਹਥਿਆਰ ਦਾਤ ਮੈਂ ਖੂਬ ਫਰੇਹ ਤਿਆਂਦੇ ਡਰ ਜਾਂਦਾ ਦਿਲ ਦੇਖ ਭਿਆਨਕ ਰੂਪ ਫਰੇਹ ਤਿਆਂਦੇ ਉਹ ਨਾਮਦਾਨ ਤੋਬੇ ਨਾਲ ਸਭੀ ਨਰਕਾਂ ਵਿੱਚ ਚੋਕੀ ਦੇ ਤੂੰ ਪੂਰਨ ਅਵਤਾਰ ਤਰ ਮਾਲਕ ਤਰ ਲੋਕੀ ਦੇ ਉਹ ਕਰਕੇ ਬਾਲ ਚਰਿੱਤਰ ਗੋਕਲ ਮੇਂ ਦਖਲਾ ਗਿਉ ਰਾਜ ਕੇ ਕੋਟਕ ਬਣਸ ਬੜੇ ਤੁਮ ਯਤੀ ਕਹਾ ਗਿਓ ਓ ਤੁਮ ਸੀ ਬੜੇ ਚਲਾਕ ਗਾਕ ਸੀ ਮਖਣੀ ਗੋਕੀ ਦੇ ਤੂੰ ਪੂਰਨ ਅਵਤਾਰ ਤਰ ਮਾਲਕ ਤਰ ਲੋਕੀ ਦੇ ਓ ਜਾ ਮਣਾ ਫਕੀਰ ਉਸ ਦੇ ਉੱਪਰ ਦਰ ਦੇ ਤੂੰ ਤਨ ਮਨ ਹੈ ਕਿਆ ਚੀਜ਼ ਆਤਮਾ ਹੀ ਅਰਪਣ ਕਰ ਦੇ ਤੂੰ ਓ ਲਾਗੂ ਨਾਕਵਾਲ ਸਿੰਘ ਉਹ ਭਗਤੀ ਫੋਕੀ ਦੇ ਹਾਂਜੀ ਭਗਤੀ ਫੋਕੀ ਦੇ ਤੂੰ ਪੂਰਨ ਅਵਤਾਰ ਧਾਰ ਮਾਲਕ ਤਰ ਲੋਕੀ ਦੇ ਤੂੰ ਪੂਰਨ ਅਵਤਾਰ ਧਾਰ ਮਾਲਕ ਤਰ ਲੋਕੀ ਦੇ ਵਾਹ ਭਾਈ ਬਹੁਤ ਸੋਹਣੀ ਕਵਿਤਾ ਸਰਪ੍ਰਸ਼ੰਦ ਅਕਬਾਲ ਸਿੰਘ ਜੀ ਹੋਣਾ ਨੇ ਲਿਖਿਆ ਇੱਥੇ 71 72 ਦੇ ਵਿੱਚ ਸਰਦਾਰ ਅਕਬਾਲ ਸਿੰਘ ਜੀ ਹਰ ਸੁਆਮੀ ਜੀ ਮਹਾਰਾਜ ਦੀ ਵਰਸੀ ਤੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਸਵਾਮੀ ਜੀ ਦੀ ਵਰਸੀ ਤੇ ਆਉਨੇ ਆ ਇਸ ਥਾਮ ਦੀ ਕਵਤਾ ਵੀ ਬਣਾਓ ਸਰਦਾਰ ਅਕਬਾਲ ਸਿੰਘ ਜੀ 50 ਸਿੱਖਾਂ ਦੇ ਨਾਮ ਲੈ ਕੇ ਲਿਖ ਕੇ ਜਿਹਦੇ ਵਿੱਚ ਪਹਿਲਾ ਨਾਮ ਉਹਨਾਂ ਨੇ ਦਾਨ ਸਿੰਘ ਮਿਸਤਰੀ ਦਾ ਪਾਇਆ ਜੀਨੇ ਸਾਰਾ ਨਕਸ਼ਾ ਆਪਣੇ ਡੇਰੇ ਦਾ ਬਣਾਇਆ ਸੰਤ ਆਸ਼्रम ਦਾ ਦਾਨ ਸਿੰਘ ਮਿਸਤਰੀ ਡਾਂਗੀਆਂ ਦਾ ਫਿਰ ਉਸ ਨੇ ਪ੍ਰੀਤਮ ਸਿੰਘ ਗ੍ਰੰਥੀ ਲੋਪੋ ਦਾ ਮਹਾਰਾਜ ਨਾਲ ਕਥਾ ਕਰਾਉਂਦਾ ਸੀ ਕਰਤਾਰਾ ਮੱਲੇ ਵਾਲਾ ਸਵਾਮੀ ਜੀ ਮਹਾਰਾਜ ਦੇ ਨਾਲ ਰਹਿੰਦਾ ਸੀ ਕੋਲੇ ਰਫਲ 11 ਦੀ ਲਾਲ ਸਪੀਕਰ ਲਾਉਂਦਾ ਹੁੰਦਾ ਸੀ ਇਹ ਸਾਰੇ ਜਿਹੜੇ ਸਵਾਮੀ ਜੋਰਾ ਸਿੰਘ ਮਹਾਰਾਜ ਤੇ ਕਾਕਾ ਪਵਾੜਾ ਇਹ ਲੰਗਰ ਦੇ ਅੰਚਾਰ ਜੀ ਸਟੋਰ ਦੇ ਇਹਨਾਂ ਸਾਰੇ ਮੁਖੀ ਸਿੱਖਾਂ ਦੇ ਨਾਮ ਪਾਏ ਆ ਇਹ ਅਸੀਂ ਤੁਹਾਡੇ ਚਰਨਾਂ 'ਚ ਤਿੰਨ ਏਸ਼ਿਆਂ ਦੇ ਵਿੱਚ ਭੇਟ ਕਰਾਂਗੇ ਅੱਜ ਜਿੰਨਾਂ ਦੇ ਨਾਮ ਪਾਏ ਆ ਤੇ ਇਹ ਤੁਸੀਂ ਇਹਨਾਂ ਲੜਕਿਆਂ ਤੋਂ ਸੁਣੋ ਤੇ ਸਾਰੀ ਸੰਗਤ ਇਹ ਪੁਰਾਣੇ ਸਿੱਖਾਂ ਦੀ ਯਾਦ ਮੈਂ ਉਦਮ ਕੀਤਾ ਬਈ ਉਹ ਪੁਰਾਣੇ ਸਿੱਖ ਸਵਾਮੀ ਜੀ ਮਹਾਰਾਜ ਦੇ ਗੁਰ ਸੰਗਤਾਂ ਦੇ ਸਾਹਮਣੇ ਲਿਉਣੇ ਚਾਹੀਦੇ ਆ ਤੇ ਸਮਾਂ ਪਾ ਕੇ ਆਪਾਂ ਇਹ ਕਵਤਾ ਸੁਪਾ ਵੀ ਦੇਵਾਂਗੇ ਸੁਪਾ ਕੇ ਗੁਰ ਸੰਗਤਾਂ ਦੇ ਭੇਟ ਕਰਾਂਗੇ ਅੱਜ ਤੁਸੀਂ ਇਹ ਕਵਤਾ ਨੂੰ ਜਿੰਨਾ ਪਿਆਰ ਬਖਸ਼ੋਗੇ ਓਨੇ ਜਲਦੀ ਤੋਂ ਜਲਦੀ ਅਗਲਾ ਆਸ਼ਾ ਵੀ ਗੁਰ ਸੰਗਤਾਂ ਦੇ ਭੇਟ ਕਰਾਂਗੇ ਬੜੇ ਪਿਆਰ ਨਾਲ ਸੁਣੋ ਛੰਦ ਦੀ ਟੇਕਾ ਕਵਤਾ ਸੁਨਾਮਾ ਤੁਹਾਨੂੰ ਸੇਵਾਦਾਰਾਂ ਦੀ ਇੱਕ ਕਾਲ ਗੜ ਦਾ ਬਲਿਹਾਰਾ ਕੋਤਕੀ ਟੁੱਟ ਗਈ ਸੀ ਲੱਤ ਤੇ ਨਿਸ਼ਾਨੀ ਮੌਤ ਕੀ ਨੱਚ ਟੱਪੇ ਢੂਈ ਭੰਨ ਦਾ ਨਚਾਰਾਂ ਦੀ ਕਵਤਾ ਸੁਨਾਮਾ ਤੁਹਾਨੂੰ ਸੇਵਾਦਾਰਾਂ ਦੀ ਇਹ ਬੜੇ ਪਿਆਰ ਨਾਲ ਕਵਤਾ ਲੜਕਾਂ ਤੋਂ ਇਉਂ ਸੁਣੋ ਬਈ ਸਵਾਮੀ ਗੁਰਦਰਬਾਰ ਦੀ ਮਹਿਮਾ ਵਪਰੰਪਾਰ ਕਵਤਾ ਦੇ ਵਿੱਚ ਦਸੀਏ ਜੋ ਮੁਖ ਸੇਵਾਦਾਰ ਉਹ ਗਾਉਂਦੇ ਜਦੋਂ ਚੜਜੇ ਰੰਗ ਤੇ ਸ਼ੈਰਾਂ ਨੂੰ ਹਰ ਵੇਲੇ ਢੀਕਦੀ ਸੰਗਤ ਸ਼ੈਰਾਂ ਨੂੰ ਹਰ ਵੇਲੇ ਢੀਕਦੀ ਸੰਗਤ ਸ਼ੈਰਾਂ ਨੂੰ ਉਹ ਸ਼ੁਰੂ ਹੋਗੀ ਬਾਰਸ਼ੀ ਮਗਰਵਾਰਾਂ ਦੀ ਸ਼ੁਰੂ ਹੋਗੀ ਬਾਰਸ਼ੀ ਮਗਰਵਾਰਾਂ ਦੀ ਉਕਾਬਤਾ ਸਣਾ ਮਾ ਤੁਨੂੰ ਸੇਵਾਦਾਰਾਂ ਦੀ ਕਾਬਤਾ ਸਣਾ ਮਾ ਤੁਨੂੰ ਸੇਵਾਦਾਰਾਂ ਦੀ ਉਹ ਪਹਿਲਾ ਦਾਣ ਸਿਉਂਦੀ ਇਹ ਕੁਰਬਾਨੀਆਂ ਸਾਰੀ ਉਮਰਾਂ ਦੀ ਰਾਜ ਤੀ ਨਿਸ਼ਾਨੀਆਂ ਗਿਣਤੀ ਨਾ ਆਉਂਦੀ ਵੱਡੇ ਵਸ 17 ਦੀ ਗਿਣਤੀ ਨਾ ਆਉਂਦੀ ਵੱਡੇ ਵਸ 17 ਦੀ ਉਕਾਬਤਾ ਸਣਾ ਮਾ ਤੁਨੂੰ ਸੇਵਾਦਾਰਾਂ ਦੀ ਕਾਬਤਾ ਸੁਣਾਈਏ ਤੁਹਾਨੂੰ ਸੇਵਾਦਾਰਾਂ ਦੀ ਓਏ ਅਸਾਂ ਦਾ ਮਿੱਤਰ ਪ੍ਰੀਤਮ ਪਿਆਰਾ ਹੈ ਸਵਾਮੀ ਸੰਗ ਬੈੰਦਾ ਬਾਣੀ ਦਾ ਬਲਾਰਾ ਹੈ ਸਵਾਮੀ ਸੰਗ ਬੈੰਦਾ ਬਾਣੀ ਦਾ ਬਲਾਰਾ ਹੈ ਉਸ ਦੀ ਡਿਉਟੀ ਇਹੋ ਕਾਰੋਵਾਰਾਂ ਦੀ ਉਸ ਦੀ ਡਿਉਟੀ ਇਹੋ ਕਾਰੋਵਾਰਾਂ ਦੀ ਓ ਕਾਬਤਾ ਸੁਣਾ ਮਾ ਤੁਹਾਨੂੰ ਸੇਵਾਦਾਰਾਂ ਦੀ ਕਾਬਤਾ ਸਣਾਈਏ ਤੁਹਾਨੂੰ ਸੇਵਾਦਾਰਾਂ ਦੀ ਉਹ ਵੱਡਾ ਹੈਡ ਗ੍ਰੰਥੀ ਬਾਬੂ ਰਾਮ ਪਾਠਾਂ ਦਾ ਉਹਦੇ ਕੋਲੇ ਰਹਿੰਦਾ ਪ੍ਰੋਗਰਾਮ ਪਾਠਾਂ ਦਾ ਹਰ ਵੇਲੇ ਰਹਿੰਦੀ ਰੌਣਕ ਪੰਜ ਚਾਰਾਂ ਦੀ ਕਾਬਤਾ ਸਣਾਈਏ ਤੁਹਾਨੂੰ ਸੇਵਾਦਾਰਾਂ ਦੀ ਕਾਬਤਾ ਸਣਾਈਏ ਤੁਹਾਨੂੰ ਸੇਵਾਦਾਰਾਂ ਦੀ ਉਹ ਸੁਆਮੀ ਉੱਤੇ ਬਾਰੇ ਕਰਤਾਰਾ ਜਾਣ ਹੈ ਜੈਸੇ ਰਾਮ ਸਾਥ ਰਹਿੰਦਾ ਹਨੂਮਾਨ ਹੈ ਜੈ ਸ੍ਰੀ ਰਾਮ ਸਾਥ ਰਹਿੰਦਾ ਹਨੂਮਾਨ ਹੈ ਹਰ ਵੇਲੇ ਕੋਲ ਰੱਖਦਾ ਗਿਆਰਾਂ ਦੀ ਹਰ ਵੇਲੇ ਕੋਲ ਰੱਖਦਾ ਗਿਆਰਾਂ ਦੀ ਓ ਕਾਬਤਾ ਸਣਾ ਮਾ ਤੁਹਾਨੂੰ ਸੇਵਾਦਾਰਾਂ ਦੀ ਕਾ ਬਤਾ ਸਣਾਈਏ ਤੁਹਾਨੂੰ ਸੇਵਾਦਾਰਾਂ ਦੀ ਉਹ ਕਬਤਿਆਂ ਦੇ ਦੇਮ ਦੇ ਠਕੇਵੇਂ ਤਾਰ ਜੀ ਕਾਕਾ ਜੋਰਾ ਸਿੰਘ ਕੁੰਜੀ ਮਖਤਿਆਰ ਜੀ ਘਰ ਦੇ ਹਮੇਸ਼ਾ ਗੱਲ ਨੇ ਪਿਆਰਾਂ ਦੀ ਉਹ ਕਬਤਾ ਸਣਾਈਏ ਤੁਹਾਨੂੰ ਸੇਵਾਦਾਰਾਂ ਦੀ ਕਾ ਬਤਾ ਸਣਾਈਏ ਤੁਹਾਨੂੰ ਸੇਵਾਦਾਰਾਂ ਦੀ ਉਹ ਜੋਰਾ ਸਿੰਘ ਭਰ ਦੇ ਠੰਡੇ ਦਾ ਕੱਪ ਜੀ ਉਹ ਥੰਦੇ ਦਾ ਕੱਪ ਜੀ ਅਸੀਂ ਉਤੋਂ ਉਂਗਲਾਂ ਨਾਲ ਲੈਂਦੇ ਨੱਪ ਜੀ ਹਾਂ ਜੀ ਲੈਂਦੇ ਨੱਪ ਜੀ ਉਹ ਅੰਦਰੋਂ ਗੜੂੰਜ ਪੈਂਦੀ ਐ ਢਕਾਰਾਂ ਦੀ ਅੰਦਰੋਂ ਗੜੂੰਜ ਪੈਂਦੀ ਐ ਢਕਾਰਾਂ ਦੀ ਉਹ ਕਬਤਾ ਸੁਣਾ ਮਾ ਤੁਨੂੰ ਸੇਵਾਦਾਰਾਂ ਦੀ ਉਹ ਕਬਤਾ ਸੁਣਾਏ ਤੁਨੂੰ ਸੇਵਾਦਾਰਾਂ ਦੀ ਉਹ ਗੋਲਜਾਰਾ ਸਿੰਘਪੁਰ ਤੋਂ ਦਾ ਪਾਣੀ ਐ ਹਰ ਵੇਲੇ ਬੋਲਦਾ ਮਦਰ ਬਾਣੀ ਐ ਹਰ ਵੇਲੇ ਬੋਲਦਾ ਮੁਰਬਾਨੀਆਂ ਸੇਵਾ ਬੜੀ ਕਰਦਾ ਗੁਰੂ ਦੇ ਦਵਾਰਾਂ ਦੀ ਸੇਵਾ ਬੜੀ ਕਰਦਾ ਗੁਰੂ ਦੇ ਦਵਾਰਾਂ ਦੀ ਕਬਤਾ ਸਣਾ ਮਾ ਤੁਨੂੰ ਸੇਵਾਦਾਰਾਂ ਦੀ ਕਬਤਾ ਸਣਾਈਏ ਤੁਨੂੰ ਸੇਵਾਦਾਰਾਂ ਦੀ ਕੋਲਵੰਤ ਸਿੰਘ ਤੇ ਅਮਰਦਾਸ ਜੀ ਹਰ ਵੇਲੇ ਰਹਿੰਦੇ ਨੇ ਸੁਆਮੀ ਪਾਸ ਜੀ ਆਉਂਦਾ ਬਖਤੌਰਾ ਸਾਹਿਬ ਜੀ ਕਰਾਰਾਂ ਦੀ ਬਣਾਉਂਦਾ ਵਖ ਤੌਰਾ ਸਬਜੀ ਕਰਾਰਾਂ ਦੀ ਉਹ ਕਵਤਾ ਸੁਣਾ ਮਾ ਤੁੰਨੂ ਸੇਵਾਦਾਰਾਂ ਦੀ ਕਵਤਾ ਸੁਣਾ ਮਾ ਤੁੰਨੂ ਸੇਵਾਦਾਰਾਂ ਦੀ ਉਹ ਕੋਟਾ ਪਕੜਾ ਤਾ ਨਾਜ਼ ਮਤ ਬਾਲੇ ਨੂੰ ਹੁਖਲੀ ਚ ਪਾ ਕੇ ਰਗੜੇ ਮਸਾਲੇ ਨੂੰ ਹੁਖਲੀ ਚ ਪਾ ਕੇ ਰਗੜੇ ਮਸਾਲੇ ਨੂੰ ਨਾਲੇ ਮਾਲਾ ਫੇਰ ਬਣੀ ਵੀ ਨਹਾਰਾਂ ਦੀ ਨਾਲੇ ਮਾਲਾ ਫੇਰ ਬਣੀ ਵੀ ਨਹਾਰਾਂ ਦੀ ਉਹ ਕਾਬਤਾ ਸੁਣਾ ਮਾ ਤੁਨੂੰ ਸੇਵਾਦਾਰਾਂ ਦੀ ਕਾਬਤਾ ਸੁਣਾਈਏ ਤੁਨੂੰ ਸੇਵਾਦਾਰਾਂ ਦੀ ਉਹ ਕੌੜਾ ਫਿਰ ਬੋਲਣਾ ਕਿਸੇ ਨੂੰ ਕਹਿੰਦਾ ਹੈ ਮਾੜਾ ਸਿੰਘ ਪੌੜੀਆਂ ਚ ਬੈਠਾ ਰਹਿੰਦਾ ਹੈ ਅਸੀਂ ਲੰਗੇ ਕੋਲ ਦੀ ਬਹੁਤ ਵਾਰਾਂ ਦੀ ਅਸੀਂ ਲੰਗੇ ਕੋਲ ਦੀ ਬਹੁਤ ਵਾਰਾਂ ਦੀ ਉਹ ਕਾਬਤਾ ਸੁਣਾ ਮਾ ਤੁਨੂੰ ਸੇਵਾਦਾਰਾਂ ਦੀ ਕਾਬਤਾ ਸੁਨਾ ਮਾ ਤੁਨੂ ਸੇਵਾਦਾਰਾਂ ਦੀ ਉਹ ਮੇਘ ਸਤਨਾਮ ਜੀ ਦਿੱਲੀ ਨੂੰ ਤੋੜਤੇ ਹੀਰਾ ਸਿੰਘ ਰੇਂਦਾ ਹੈ ਰਜਾਨਾ ਬੋਰਤੇ ਕੰਦ ਦਾ ਫਸਲ ਚਾਵਲ ਜਵਾਰਾਂ ਦੀ ਵੱਡ ਦਾ ਫਸਲ ਚਾਵਲ ਜਵਾਰਾਂ ਦੀ ਉਹ ਕਾਬਤਾ ਸੁਨਾ ਮਾ ਤੁਨੂ ਸੇਵਾਦਾਰਾਂ ਦੀ ਕਾਬਤਾ ਸੁਣਾਈਏ ਤੁਹਾਨੂੰ ਸੇਵਾਦਾਰਾਂ ਦੀ ਉਹ ਦਿਨੇ ਰਾਤੀ ਕੱਢੇ ਮੋਟਰਾਂ ਦੇ ਵਿੰਗ ਜੀ ਖੇਤੀ ਦਾ ਕਰਉਆ ਹੈ ਹਜੂਰਾ ਸਿੰਘ ਜੀ ਖੇਤੀ ਦਾ ਕਰਉਆ ਹੈ ਹਜੂਰਾ ਸਿੰਘ ਜੀ ਨਾਲੇ ਡਿਊਟੀ ਲਾਈ ਮੱਜਾਂ ਦੀਆਂ ਤਾਰਾਂ ਦੀ ਨਾਲੇ ਡਿਊਟੀ ਲਾਈ ਮੱਜਾਂ ਦੀਆਂ ਤਾਰਾਂ ਦੀ ਕਾਬਤਾ ਸੁਣਾਮਾ ਤੁਹਾਨੂੰ ਸੇਵਾਦਾਰਾਂ ਦੀ ਕਾਬਤਾ ਸੁਣਾ ਮਾ ਤੁਨੂੰ ਸੇਵਾਦਾਰਾਂ ਦੀ ਓ ਐਸਾ ਸਿਆਣਾ ਸੁਆਮੀ ਦੇ ਦਿਲਾਂ ਦੀ ਜਾਣ ਜੇ ਨਰਿੰਜਣ ਮਿਲਖ ਹੋਣੀ ਉਹਦੇ ਹਾਨਦੇ ਜੀਰੇ ਚ ਮਦਦ ਵੱਡੇ ਸਾਹੂਕਾਰਾਂ ਦੀ ਜੀਰੇ ਚ ਮਦਦ ਵੱਡੇ ਸਾਹੂਕਾਰਾਂ ਦੀ ਕਾਬਤਾ ਸੁਣਾ ਮਾ ਤੁਨੂੰ ਸੇਵਾਦਾਰਾਂ ਦੀ ਕਾਬਤਾ ਸੁਣਾਈਏ ਤੁਹਾਨੂੰ ਸੇਵਾਦਾਰਾਂ ਦੀ ਉਹ ਤੇਜਾ ਸਿੰਘ ਲੜ ਕੇ ਪੜਾਉਂਦਾ ਪ੍ਰੇਮਨਾ ਜੀਰੇ ਤੋਂ ਸਵਾਮੀ ਕੋਲੇ ਆਉਂਦਾ ਪ੍ਰੇਮਨਾ ਜੀਰੇ ਤੋਂ ਸਵਾਮੀ ਕੋਲੇ ਆਉਂਦਾ ਪ੍ਰੇਮਨਾ ਮਿਲਦੀ ਐ ਛੁੱਟੀ ਜਦੋਂ ਐ ਦਵਾਰਾਂ ਦੀ ਮਿਲਦੀ ਐ ਛੁੱਟੀ ਜਦੋਂ ਐ ਦਵਾਰਾਂ ਦੀ ਉਹ ਕਾਬਤਾ ਸੁਣਾ ਮਾ ਤੁਹਾਨੂੰ ਸੇਵਾਦਾਰਾਂ ਦੀ ਕਾਬਤਾ ਸੁਣਾਏ ਤੁਹਾਨੂੰ ਸੇਵਾਦਾਰਾਂ ਦੀ ਓਏ ਆਉਂਦੀ ਐ ਸੰਗਤ ਬਹੁਤ ਸਾਰੀ ਦੌਦ ਰਾਂ ਲਾਸ਼ਮਣ ਚੰਦ ਪਟਵਾਰੀ ਦੌਦ ਰਾਂ ਸ਼ੈਰੀ ਇਕੱਠੀ ਬਣਗੀ ਜੁੰਡੀ ਦੇ ਯਾਰਾਂ ਦੀ ਸ਼ੈਰੀ ਇਕੱਠੀ ਬਣਗੀ ਜੁੰਡੀ ਦੇ ਯਾਰਾਂ ਦੀ ਓ ਕਾਬਤਾ ਸੁਣਾਵਾ ਤੁਹਾਨੂੰ ਸੇਵਾਦਾਰਾਂ ਦੀ ਕਾਬਤਾ ਸੁਣਾਈਏ ਤੁਹਾਨੂੰ ਸੇਵਾਦਾਰਾਂ ਦੀ ਉਹ ਬਾਣੀ ਦਾ ਪਯੁਖ ਪੀਂਦੇ ਸੁਆਮੀ ਦਰ ਤੋਂ ਮੇਜਰ ਨਰਿੰਜਣ ਸਮਾਲ ਸਰ ਤੋਂ ਮੇਜਰ ਨਰਿੰਜਣ ਸਮਾਲ ਸਰ ਤੋਂ ਸਿਰਾਂ ਉੱਤੇ ਟੋਕਰੀ ਉਠਾਉਂਦੇ ਪਾਰਾਂ ਦੀ ਸਿਰਾਂ ਉੱਤੇ ਟੋਕਰੀ ਉਠਾਉਂਦੇ ਪਾਰਾਂ ਦੀ ਉਹ ਕਾਬਤਾ ਸੁਣਾ ਮ ਤੁਹਾਨੂੰ ਸੇਵਾਦਾਰਾਂ ਦੀ ਕਵਤਾ ਸੁਨਾਵਾ ਤੁਨੂੰ ਸੇਵਾਦਾਰਾਂ ਦੀ ਵਾਹ ਬਾਈ ਵਾਹ ਕਵਤਾ ਸੁਨਾਵਾ ਤੁਨੂੰ ਸੇਵਾਦਾਰਾਂ ਦੀ ਜਿਹੜੀ ਪਿਛਲੀ ਟੇਕ ਮੇਜਰ ਨਰਿੰਜਨ ਸਮਾਲ ਸਰ ਤੋਂ ਜਿੰਨੀ ਰਾਜਸਥਾਨ ਵਾਲੀ ਸੰਗਤ ਆਉਂਦੀ ਆ ਸਾਰੀ ਮੇਜਰ ਸ਼ਾਉਂ ਦੇ ਥਰੂ ਮੇਜਰ ਸਿੰਘ ਨੂੰ ਮਹਾਰਾਜ ਨੇ ਇਹ ਜੀ ਕਿਰਪਾ ਕੀਤੀ ਸੰਤ ਬਣਾਤਾ ਉਹ ਰਾਜਸਥਾਨ ਚ ਚਲਿਆ ਗਿਆ ਜਿੰਨੀ ਵੀ ਰਾਜਸਥਾਨ ਦੀ ਸੰਗਤ ਲੋਪੋ ਸਾਹਿਬ ਆਉਂਦੀ ਆ ਉਹਦੇ ਉਦਮ ਦਾ ਕਰਕੇ ਇੱਥੇ ਆਉਂਦੀ ਹੈ ਸੋ ਇਹ ਸਮਾਲ ਸਰਦਾ ਸੀ ਇਹ ਹਫ਼ਤਾ ਜੇ ਤੁਹਾਨੂੰ ਵਧੀਆ ਲੱਗੀ ਤੇ ਸਾਜਣ ਮੇਰੇ ਛੋਟੇ ਵੀਰ ਨੂੰ ਵੀ ਫੋਨ ਕਰ ਸਕਦੇ ਤੇ ਮੈਨੂੰ ਵੀ ਕਰ ਸਕਦੇ ਮੇਰਾ ਨੰਬਰ ਇ ਚੜੀ ਜਾਂਦਾ ਰਹਿੰਦਾ ਇਹਦੇ ਕੋਲੇ ਅਸੀਂ ਥੋੜੇ ਟਾਈਮ ਚ ਜੇ ਤੁਸੀਂ ਵਧੀਆ ਕਿਰਪਾ ਕੀਤੀ ਮਾਨ ਸਤਕਾਰ ਬਖਸ਼ਿਆ ਤੇ ਅਗਲੇ ਦੋ ਹਿੱਸੇ ਵੀ ਲਗਾਤਾਰ ਹੀ ਗਾਦਿਆਂਗੇ ਤੇ ਸਾਰੀ ਸੰਗਤ ਇਹ Swami ji Maharaj ਦੀ 43ਵੀਂ ਵਰਸੀ ਆਉਂਦੀ ਹੈ 22 ਤਰੀਕ ਨੂੰ ਤੇ ਇਥੇ ਤੁਸੀਂ ਦਰਸ਼ਨ ਦੇਓ ਤੇ ਨਾਲੇ ਮੈਨੂੰ ਦੱਸ ਦਿਓ ਵੀ ਇੱਕ ਹਫਤਾ ਤੇ ਬਹੁਤ ਵਧੀਆ ਹੈ ਜੋ ਅੱਗੇ ਤੁਸੀਂ ਲੈਫ ਕਰੀ ਜਾਇਓ ਸਾਰੀ ਸੰਗਤ ਨੂੰ ਬੇਨਤੀ ਹੈ ਆਪਾਂ ਪੁਰਾਣੇ ਸਿੱਖ ਸਵਾਮੀ ਜੀ ਮਹਾਰਾਜ ਦੇ ਸਾਰੇ ਸੰਗਤ ਦੇ ਸਾਹਮਣੇ ਕਬਤਾ ਦੁਆਰਾ ਲਿਆਵਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਬਲਾਉ ਫਤਿਹ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ